ਜਿਹੜਾ ਸਾਡਾ ਕੇਸ ਸੀਗਾ ਹੋਇਆ ਨਿਰੰਕਾਰੀ ਗ੍ਰੇਨ ਗਲਾਸ ਵਾਲਾ, ਔਰ ਜਿਹੜਾ ਇੱਕ ਵਿਕਰਮ ਫੜਿਆ ਗਿਆ ਸੀਗਾ ਉਹਦੀ ਫਰਦਰ ਪੁੱਛਤਾਛ ਤੋਂ ਲੋਕਲ ਪੁਲਿਸ ਐਂਡ ਅਦਰ ਟੀਮ ਮੈਂਬਰਸ ਔਫ ਪੰਜਾਬ ਪੁਲਿਸ ਹੈਵ ਡਨ ਅ ਗੁੱਡ ਵਰਕ, ਔਰ ਜਿਹੜਾ ਅਵਤਾਰ ਸਿੰਘ ਜਿਹਦਾ ਜ਼ਿਕਰ ਪਹਿਲਾਂ ਆ ਚੁੱਕਾ ਹੈ, ਅਵਤਾਰ ਸਿੰਘ ਸਨ ਆਫ ਗੁਰਦਿਆਲ ਸਿੰਘ ਰੈਜੀਡੈਂਟ ਆਫ ਚੱਕ ਮਿਸ਼ਰੀ ਖਾਨ ਪੀ ਐਸ ਲੋਪੋ ਕੇ, ਹੀ ਹੈਜ਼ ਆਲਸੋ ਬੀਨ ਅਰੈਸਟਿਡ ਫਰੋਮ ਖਿਆਲਾ ਵਿਲੇਜ ਇਨ ਪੀ ਐਸ ਲੋਪੋ ਕੇ ਐਂਡ ਦਿਸ ਮੋਰਨਿੰਗ, ਔਰ ਉਹਦੀ ਫਰਦਰ ਪ੍ਰੀਲਿਮਨਰੀ ਤੁਸੀਂ ਕਹਿ ਲਓ ਵੀ ਪੁੱਛਤਾਛ ਤੋਂ ਜਿਹੜੇ ਵੈਪਨਸ ਉਸ ਟਾਈਮ ਨੋਟਿਸ 'ਚ ਆਏ ਸੀਗੇ ਔਰ ਫਰਦਰ ਕਨਫਰਮ ਵੀ ਕੀਤੇ ਸੀ ਆਈ ਵਿਟਨੈਸਿਸ ਵਗੈਰਾ ਨੇ ਵੀ, ਉਹ ਵੈਪਨ ਵੀ ਇਹਨਾਂ ਨੇ ਰਿਕਵਰ ਕਰ ਲਏ ਹੈ। ਰਿਕਵਰੀ ਦੇ ਵਿੱਚ ਵਨ ਪਿਸਟਲ 32 ਬੋਰ ਹੈਗਾ ਅਤੇ ਅਨਦਰ ਪਿਸਟਲ ਵਿਚ ਇਜ਼ ਮੇਡ ਇਨ ਯੂ ਐਸ ਮੇਕ ਐਂਡ 4 ਮੈਗਜ਼ੀਨਸ ਐਂਡ 25 ਲਾਈਵ ਰਾਊਂਡਸ, ਸੋ ਦੀਸ ਵੈਪਨਸ ਹੈਵ ਆਲਸੋ ਬੀਨ ਰਿਕਵਰਡ ਐਂਡ ਫਰਦਰ ਇਨਵੈਸਟੀਗੇਸ਼ਨ ਇਜ਼ ਇਨ ਪ੍ਰੋਗਰੈਸ। ਉਹਦੇ ਵਿੱਚ ਹੀ ਇਜ਼ ਬੀਂਗ ਪ੍ਰੋਡਿਊਸਡ ਇਨ ਦੀ ਕੋਰਟ ਐਂਡ ਔਨ ਫਰਦਰ ਰਿਮਾਂਡ, ਸੋ ਵੀ ਵਿਲ ਬੀ ਏਬਲ ਟੂ ਕਮ ਆਊਟ ਵਿਦ ਯੂ ਨੋ ਮੋਰ ਫੈਕਚੁਅਲ ਇਨਫੋਰਮੇਸ਼ਨ ਅਬਾਊਟ ਦਿਸ। ਇਨੀਸ਼ਲੀ ਜੋ ਇਮੀਡੀਏਟਲੀ ਨੋਟਿਸ ਆਇਆ ਉਹਦੇ ਵਿੱਚ ਇੱਕ ਤਾਂ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਦੇਰ ਇਜ਼ ਸਮ ਕੰਟੈਕਟ ਫਰੋਮ ਪਾਕਿਸਤਾਨੀ ਸਾਈਡ ਨੇਮ ਜਾਵੇਦ, ਤੁਹਾਨੂੰ ਅਸੀਂ ਇੱਕ ਡਿਟੇਲਡ ਪ੍ਰੈਸ ਨੋਟ ਵੀ ਦੇ ਦਾਂਗੇ ਜਿਹਦੇ 'ਚ ਸਾਰੀ ਇਨਫੋਰਮੇਸ਼ਨ ਹੋਏਗੀ। ਉਹ ਵੀ ਇੱਕ ਕੰਟੈਕਟ ਜਿਹੜਾ ਕਿ ਇਹਨਾਂ ਨੂੰ ਮਿਸਗਾਈਡ ਜਾਂ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਸਾਹਮਣੇ ਆਇਆ, ਪਲੱਸ ਇੱਕ ਹੋਰ ਸਾਹਮਣੇ ਜਿਹੜਾ ਸਾਨੂੰ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ, ਪਰਮਜੀਤ ਸਿੰਘ ਬਾਬਾ ਹੀ ਇਜ਼ ਅ ਰੈਜੀਡੈਂਟ ਆਫ ਬਡਾਰਾ ਐਂਡ ਐਟ ਦਾ ਮੂਮੈਂਟ ਆਈ ਥਿੰਕ ਇਜ਼ ਇਨ ਇਟਲੀ ਆਈ ਬਿਲੀਵ, ਸੋ ਹੀ ਇਜ਼ ਇਨ ਇਟਲੀ ਐਟ ਦਾ ਮੂਮੈਂਟ ਦੇਅਰ। ਸੋ ਜਿਹੜਾ ਇੱਕ ਫੋਰਨ ਬੇਸਡ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਕਿ ਬਈ ਯੂ ਨੋ ਜਿਹੜੇ ਉੱਥੇ ਬੈਠੇ ਹੈ ਉਹ ਹਾਉ ਦੇ ਆਰ ਯੂ ਨੋ ਮਿਸਲੀਡਿੰਗ ਐਂਡ ਆਵਰ ਯੂਥ ਹੇਅਰ, ਉਹਨਾਂ ਦਾ ਵੀ ਇੱਕ ਉਹਦਾ ਵੀ ਇੱਕ ਰੋਲ ਸਾਹਮਣੇ ਆ ਰਿਹਾ। ਬਾਕੀ ਫਰਦਰ ਡਿਟੇਲ ਫਰਦਰ ਇਨਵੈਸਟੀਗੇਸ਼ਨ 'ਚ ਕੀ ਆਏਗੀ, ਅਤੇ ਅਖੀਰ ਦੇ ਵਿੱਚ ਡੈਫੀਨੇਟਲੀ ਮੈਂ ਤੁਹਾਡੇ ਰਾਹੀਂ ਇੱਕ ਅਪੀਲ ਕਰਨਾ ਚਾਹੂੰਗਾ ਜੋ ਸਾਡੇ ਯੂਥ ਹੈ ਖਾਸ ਕਰ ਯੂ ਨੋ ਵਟ ਵੀ ਆਰ ਸੀਇੰਗ ਇਜ਼ ਕਿ ਦਰ ਇਜ਼ ਲੋਟ ਆਫ ਡਿਸਇਨਫੋਰਮੇਸ਼ਨ, ਨੋਟ ਓਨਲੀ ਫੇਕ ਇਨਫੋਰਮੇਸ਼ਨ ਔਰ ਫਾਲਸ ਇਨਫੋਰਮੇਸ਼ਨ ਔਰ ਡਿਸਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਜਿਹੜੀ ਕਿ ਇਹਨਾਂ ਨੂੰ ਮਿਸਲੀਡ ਕਰਦੀ ਹੈ, ਮਿਸਗਾਈਡ ਕਰਦੀ ਹੈ, ਵੀ ਉਸ ਚੀਜ਼ ਦਾ ਉਚੇਚਾ ਧਿਆਨ ਰੱਖਣ। ਕਿਉਂਕਿ ਇਫ ਯੂ ਲੁੱਕ ਬੈਕ ਅਸੀਂ ਜਿੰਨੇ ਵੀ ਮੋਡਿਊਲ ਵਰਸ ਕੀਤੇ ਹੈ ਕਈਆਂ ਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ ਬਟ ਦੇ ਵਰ ਮਿਸਲੈਡ ਇਨ ਟੂ ਦਿਸ ਕਾਇੰਡ ਆਫ ਅ ਕ੍ਰਾਈਮ। ਸੋ ਐਨੀ ਕੁਐਸਚਨਸ ਮੋਸਟ ਹਾਂਜੀ ਜਿੱਥੇ ਕੋਈ ਟੈਰਰਿਸਟ ਕ੍ਰਾਈਮ ਕੀਤਾ ਹੋਵੇ, ਸੋ ਇਟਸ ਨਾਟ ਦੈਟ।
ਦੇਖੋ ਇਹਦੇ ਚ ਹੁੰਦਾ ਜਦ ਕਿਸੇ ਦਾ ਨਾਮ ਆਉਂਦਾ ਫਿਰ ਲੀਗਲ ਪ੍ਰੋਸੈਸ ਸਟਾਰਟ ਉਹਦੀ ਫਿਰ ਨੋਮੀਨੇਸ਼ਨ ਹੁੰਦੀ ਐਜ਼ ਐਨ ਅਕਿਊਜ਼ ਇਨ ਦੈਟ ਕੇਸ ਉਸ ਤੋਂ ਬਾਅਦ ਉਹ ਫਿਰ ਓਬਵੀਅਸਲੀ ਹੀ ਇਜ਼ ਨਾਟ ਹੇਅਰ ਸੋ ਹੀ ਵਿਲ ਬੀ ਡਿਕਲੇਅਰਡ ਪ੍ਰੋਕਲੇਮਡ ਅਫੈਂਡਰ ਆਫਟਰ ਦੈਟ ਦੈਨ ਵੀ ਗੈਟ ਆਰ ਸੀ ਐਨ ਗੈਟ ਕੌਨ ਅ ਨੋਟਿਸ ਇਸ਼ੂਡ ਦੈਨ ਇੰਟਰਪੋਲ ਕਮਸ ਇਨ ਸੋ ਇਹ ਇੱਕ ਦਾ ਲੀਗਲ ਪ੍ਰੋਸੈਸ ਸਟਾਰਟਸ ਔਰ ਫੋਰ ਐਗਜ਼ਾਮਪਲ ਸਾਡਾ ਇੱਕ ਹਾਂਗਕਾਂਗ ਚ ਹੈਗਾ ਰੋਮੀ ਠੀਕ ਹੈ ਉਹਦੀ ਐਕਸਟ੍ਰੈਡੀਸ਼ਨ ਪ੍ਰੋਸੈਸ ਹੀ ਪਾਇਆ ਹੋਇਆ ਹੈ ਸੋ ਅਲਟੀਮੇਟਲੀ ਇਟ ਐਡਸ ਟੂ ਕਿ ਦੈਨ ਵੀ ਟ੍ਰਾਈ ਟੂ ਐਕਸਟ੍ਰੈਡਾਈਟ ਜਾਵੇਦ ਦੇਖੋ ਜੋ ਹਾਲੇ ਪਹਿਲੇ ਮੇਰੀ ਸਾਨੂੰ ਪੁੱਛਤਾਛ ਪਤਾ ਲੱਗਾ ਕਿ ਵੀ ਇਹ ਜਿਹੜਾ ਸੀਗਾ ਸਾਡਾ ਇਹ ਅਵਤਾਰ ਸੀਗਾ ਇਹ ਦਵਾਈਆਂ ਵਗੈਰਾ ਦਾ ਕੰਮ ਕਰਦਾ ਸੀ ਸਮਬਾਡੀ ਕੰਟੈਕਟਡ ਹਿਮ ਅੰਡਰ ਦੈਟ ਪ੍ਰੋਟੈਕਸਟ ਕਿ ਵੀ ਮੈਂ ਬਾਹਰੋਂ ਬੋਲ ਰਿਹਾ ਅਤੇ ਮੈਨੂੰ ਇਸ ਤਰੀਕੇ ਦੀ ਕੋਈ ਪ੍ਰੋਬਲਮ ਹੈਗੀ ਦੈਨ ਹੀ ਸਟਾਰਟਡ ਟਾਕਿੰਗ ਅਬਾਊਟ ਦਾ ਅਦਰ ਇਸ਼ੂਜ ਦੇਰ ਆਫਟਰ ਹੀ ਟ੍ਰਾਈ ਟੂ ਮਿਸਗਾਈਡ ਹਿਮ ਕਿ ਵਾਈ ਨੋਟ ਡੂ ਸਮਥਿੰਗ ਸੋ ਹੀ ਮੇਡ ਅ ਕਾਲ ਫਸਟ ਫਰੋਮ ਦੁਬਈ ਐਂਡ ਦੈਨ ਹੀ ਵੈਂਟ ਬੈਕ ਟੂ ਪਾਕਿਸਤਾਨ ਦੇਖੋ ਹਾਲੇ ਅਸੀਂ ਵੀ ਆਰ ਸਟਿਲ ਕਨਫਰਮਿੰਗ ਕਿ ਵਟ ਕੁਡ ਬੀ ਦੀ ਮੇਨ ਰੀਜ਼ਨ ਫੋਰ ਦਿਸ ਜੇ ਅਸੀਂ ਇਹ ਸੋਚੀਏ ਕੈਨ ਗਿਵ ਯੂ ਅਦਰਵਾਈਜ਼ ਉਹਦੇ 'ਚ ਹੋਣਗੀਆਂ ਟੈਸਟ ਨੋਟਸ ਹੋਣਗੀਆਂ ਜਿਹੜਾ ਅਸੀਂ ਇਹ ਕਹਿੰਦੇ ਹਾਂ ਕਿ ਵੀ ਯੈਸ ਹੀ ਵਾਜ਼ ਜਿਹੜਾ ਤੁਸੀਂ ਅਗਰ ਮੌਕਾ ਦੇਖਿਆ ਹੋਵੇ ਯੂ ਵਿਲ ਕਮ ਟੂ ਦਿਸ ਵਿਊ ਕਿ ਵੀ ਇਟ ਵਾਜ਼ ਅ ਵੈਰੀ ਸੋਫਟ ਟਾਰਗੇਟ ਦੇਰ ਵਾਜ਼ ਨੋ ਕੰਟਰੋਵਰਸੀ ਆਫ ਦਾ ਕਾਇੰਡ ਕਿ ਵੀ ਉੱਥੇ ਕੋਈ ਐਸੀ ਗੱਲ ਹੋਣੀ ਹੋਵੇ ਤਾਂ ਜੇ ਉੱਥੇ ਕੋਈ ਪੁਲਿਸ ਡਿਪਲਾਇਮੈਂਟ ਵੀ ਨਹੀਂ ਸੀਗੀ ਸੋ ਆਈ ਵੁੱਡ ਐਟ ਦਾ ਮੂਮੈਂਟ ਸੇ ਕਿ ਬੀਇੰਗ ਅ ਸੋਫਟ ਟਾਰਗੇਟ ਦੈਟਸ ਵਾਟ ਹੈਪਨ ਹੀ ਵਾਜ਼ ਆਲਸੋ ਇਨ ਟੱਚ ਵਿਦ ਹਿਮ ਐਂਡ ਮੋਟੀਵੇਟਿਡ ਹਿਮ ਫੋਰ ਫੋਰ ਅਰੇਂਜਿੰਗ ਇਨਫੈਕਟ ਜਿਹੜਾ ਇੱਕ ਹੈਪੀ ਜਿਹਦੇ ਆਪਾਂ ਗੱਲ ਕੀਤੀ ਹੈ ਹਰਮੀਤ ਹੈਪੀ ਪੀ ਐਚ ਡੀ ਜਿਹਨੂੰ ਕਹਿੰਦੇ ਹਾਂ ਆਪਾਂ ਉਹਦੇ ਨਾਲ ਕੰਟੈਕਟ ਕਰਾਉਣ 'ਚ ਵੀ ਉਹਦਾ ਰੋਲ ਸੀਗਾ ਪਰਮਜੀਤ ਬਾਬਾ ਰੈਜੀਡੈਂਟ ਆਫ ਵਡਾਲਾ ਦੇਖੋ ਇਸ ਤਰ੍ਹਾਂ ਹੈਗਾ ਇਹ ਨਾ ਵੀ ਮਸਟ ਐਪਰੀਸ਼ੀਏਟ ਵਨ ਥਿੰਗ ਕਿ ਇਹ ਬਹੁਤ ਸੈਂਸਿਟਿਵ ਮਸਲੇ ਹੁੰਦੇ ਹੈ ਔਰ ਇਹਦੇ ਵਿੱਚ ਇਹੋ ਜਿਹੀ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿ ਅਸੀਂ ਕਿਸੇ ਨੂੰ ਫੜ ਕੇ ਕਹਿ ਦਈਏ ਕਿ ਜੀ ਇਹਨੇ ਕੀਤਾ ਉਹਨੇ ਨਾ ਕੀਤਾ ਹੋਵੇ ਐਂਡ ਮੋਰ ਸੋ ਵੈਨ ਇਟ ਇਜ਼ ਬੀਂਗ ਡੈਲਟ ਐਟ ਦੀ ਸੀਨੀਅਰ ਲੈਵਲ ਐਂਡ ਆਈ ਕੈਨ ਅਸ਼ੋਰ ਯੂ ਐਂਡ ਆਈ ਕੈਨ ਅਸ਼ੋਰ ਐਵਰੀ ਵਨ ਇਨ ਪੰਜਾਬ ਦੈਟ ਇਜ਼ ਵੀ ਡੋਂਟ ਬਿਲੀਵ ਇਨ ਦਿਸ ਕਾਇੰਡ ਆਫ ਫਾਲਸ ਇੰਪਲੀਕੇਸ਼ਨ ਉਹ ਹੁਣ ਤੁਸੀਂ ਉਹ ਤੋਂ ਹੀ ਲਗਾ ਲਓ ਕਿ ਵੀ ਜਦ ਅਵਤਾਰ ਦਾ ਨਾਮ ਸਾਹਮਣੇ ਆਇਆ ਅਤੇ ਅਵਤਾਰ ਦੇ ਕੋਲੋਂ ਈਵਨ ਵੈਪਨਸ ਵੀ ਰਿਕਵਰ ਹੋਏ ਹਨ ਸੋ ਯੂ ਕਾਂਟ ਸੇ ਕਿ ਵੈਪਨਸ ਵੀ ਰਿਕਵਰਡ ਇਨ ਦੀ ਪ੍ਰੈਜੈਂਸ ਆਫ ਡਿਊਟੀ ਮੈਜਿਸਟ੍ਰੇਟ ਆਫਿਸਰ